ਉਹਦੇ ਵਿੱਚ ਇਹਨਾਂ ਨੇ ਜਥੇਬੰਦੀਆਂ ਦੇ ਬਰਖਲਾਫ ਬੋਲਿਆ ਵੀ ਅਸੀਂ ਕਿਸੇ ਜਥੇਬੰਦੀ ਨੂੰ ਸਮਝਦੇ ਕੁਛ ਨਹੀਂ ਗੇ। ਕਿਹੜੀ ਜਥੇਬੰਦੀ ਆ ਇੱਥੇ ਸੱਦੋ? ਵੇਖੋ ਜੀ ਅਸੀਂ ਆਪਣੇ ਸ਼ਾਨ ਦੇ ਬਰਖਲਾਫ ਗੱਲ ਸੁਣ ਲਾਂਗੇ, ਅਸੀਂ ਜਥੇਬੰਦੀ ਦੇ ਬਰਖਲਾਫ ਦੀ ਗੱਲ ਨਹੀਂ ਸੁਣਨੀ ਚਾਹੁੰਦੇ ਸਰਕਾਰ ਦੀ, ਨਾ ਹੀ ਸੁਣਨੀ। ਪਰਾਲੀਆਂ ਨੂੰ ਅੱਗ ਲਾਉਂਦੇ ਆ ਉਦੋਂ ਡੀਸੀ ਸਾਹਿਬ ਆਉਂਦੇ ਆ ਵੀ ਇਹਨਾਂ ਨਿਪਟਾਰਾ ਕਰੀਏ, ਕਿਆ ਨਿਪਟਾਰਾ ਕਰਦੇ? ਡੀਸੀ ਸਾਹਿਬ ਨੇ ਭੇਜਿਆ ਇਹਨਾਂ ਨੂੰ, ਉਹ ਤਾਂ ਕਹਿਣ ਡੇ ਵੀ ਨਿਗਾਓ ਇਹਨਾਂ ਦੀ ਰੀਤ ਕੀ ਹੈ ਜਿਹੜਾ ਇਹਨਾਂ ਨੂੰ ਮਾਜੀ ਵੇਖਾ ਰੋਕਦਾ ਨੀ ਸੀ ਫੋਨ ਖੋ ਕੇ ਗੁੰਡਾਗਰਦੀ ਕਰਦੇ ਪਏ। ਮੇਰਾ ਨਾਮ ਗੁਰਜਨ ਸਿੰਘ, ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦਾ। ਗੁਰਜਨ ਜੀ ਕੀ ਗੱਲ ਹੋਈ ਹੈ ਜੀ ਅੱਜ? ਅੱਜ ਜਿਹੜੀ ਗੱਲ ਹੋਈ ਹੈ, ਸਵੇਰ ਦਾ ਸਾਡਾ ਕਿਸਾਨ ਆਪਣੇ ਪਰਾਲੀ ਦੇ ਗੱਠੇ ਲੈ ਕੇ ਜਿਹੜਾ ਫੈਕਟਰੀ ਵੱਲ ਨੂੰ ਜਾ ਰਿਹਾ, ਸਵੇਰੇ 6 ਵਜੇ ਟੂਲ ਪਲਾਜ਼ੇ ਨੂੰ ਡੱਕਿਆ ਗਿਆ। ਉਹਨੂੰ ਕਹਿੰਦੇ ਕਿ ਆਪਣਾ ਟੂਲ ਕਟਾ, ਉਹ ਕਹਿੰਦਾ ਕਿ ਸਾਨੂੰ ਇਹ ਚੀਜ਼ਾਂ ਮਤਲਬ ਫ੍ਰੀ ਆ, ਡੀ ਸੀ ਸਾਹਿਬ ਨੇ ਮਤਲਬ ਸਾਨੂੰ ਹੁਕਮ ਦਿੱਤੇ ਆ ਕਿ ਇਹ ਚੀਜ਼ਾਂ ਮਤਲਬ ਆਪਾਂ ਟੂਲ ਪਲਾਜ਼ਾ ਨਹੀਂ ਦੇਣਾ, ਪਰਾਲੀ ਫ੍ਰੀ ਆ ਬਿਲਕੁਲ। ਅਤੇ ਇਹਨਾਂ ਨੇ ਕੁਝ ਜਿਹੜੇ ਗੁੰਡੇ ਰੱਖੇ ਆ ਟੂਲ ਪਲਾਜ਼ੇ ਦੇ, ਜਿਹੜੇ ਪਿੰਡਾਂ ਦੇ ਵਿੱਚੋਂ ਲੱਭ ਲੱਭ ਕੇ ਲਿਆਉਂਦੇ ਆ ਕਿ ਆਹ ਬੰਦਾ ਗੁੰਡਾ ਵਾ। ਇਹ ਨਹੀਂ ਹੈ ਇਕੱਲੇ ਕਿਸਾਨਾਂ ਨੂੰ ਡੱਕਦੇ ਆ, ਹੋਰ ਵੀ ਫੈਮਿਲੀ ਵਾਲਿਆਂ ਨੂੰ, ਸਾਡੇ ਕਿਸਾਨਾਂ ਨੂੰ ਬੜਾ ਡੱਕਦੇ, ਜਿਹੜੇ ਸਾਡੇ ਆਗੂ ਆ ਫਿਰ ਉਹਨਾਂ ਨਾਲ ਫੈਮਿਲੀ ਨਹੀਂ, ਗੁੰਡਾਗਰਦੀ ਕਰਦੇ ਆ, ਦੇਣਾ ਪੈਂਦਾ ਟੈਕਸ ਉਹਨਾਂ ਨੂੰ। ਇਸ ਕਰਕੇ ਜਿਹੜਾ ਅੱਜ 6 ਵਜੇ ਦਾ ਸਾਡਾ ਇੱਥੇ ਕਿਸਾਨ ਡੱਕਿਆ ਪਰਾਲੀ ਜਿਹੜੀ ਗੱਠੇ ਲੱਦ ਕੇ ਲੈ ਕੇ ਜਾਂਦਾ, ਇੱਕ ਪਾਸੇ ਸਰਕਾਰ ਆਉਂਦੀ ਆ, ਇੱਕ ਪਾਸੇ ਸਾਨੂੰ ਡੀ ਸੀ ਸਾਹਿਬ ਆਉਂਦੇ ਆ ਕਿ ਇਹ ਪਰਾਲੀ ਨੂੰ ਅੱਗ ਨਾ ਲਾਓ, ਅਤੇ ਫਿਰ ਪਰਾਲੀ ਨੂੰ ਅੱਗ ਨਾ ਲਾਈਏ ਤਾਂ ਕਿੱਥੇ ਖੜੀਏ? ਇੱਕ ਪਾਸੇ ਆਪਾਂ ਆਪਣੇ ਘਰੋਂ ਪੈਸੇ ਦੇ ਕੇ ਇਹ ਗੱਠੇ ਬਣਾ ਕੇ ਫੈਕਟਰੀਆਂ 'ਚ ਘੱਲਣੇ ਆ, ਉੱਤੋਂ ਸਾਨੂੰ ਸਰਕਾਰ ਆਉਂਦੀ ਕਿ ਤੁਹਾਨੂੰ 500 ਰੁਪਈਆ ਕਿੱਲੇ ਦਿੱਤਾ ਜਾਊਗਾ। 500 ਦੇਣ ਦੀ ਬਜਾਏ ਅਸੀਂ 2-2 ਹਜ਼ਾਰ ਕੋਲੋਂ ਦੇ ਕੇ ਇਹ ਜਿਹੜੇ ਗੱਠੇ ਆ ਫੈਕਟਰੀਆਂ 'ਚ ਭੇਜਣੇ, ਫਿਰ ਸਾਨੂੰ ਟੂਲ ਪਲਾਜ਼ੇ 'ਤੇ ਆਣ ਕੇ ਡੱਕਿਆ ਜਾਂਦਾ ਵਾ, ਕਹਿੰਦੇ ਇਹ ਨਹੀਂ ਫ੍ਰੀ ਕੀਤਾ ਜਾਊਗਾ। ਇਸ ਕਰਕੇ ਸਵੇਰ ਦਾ 6 ਵਜੇ ਦਾ ਸਾਡੇ ਕਿਸਾਨ ਦਾ ਫੋਨ ਵੀ ਖੋਇਆ ਗਿਆ ਵਾ, ਉਹਦੇ ਨਾਲ ਧੱਕਾ ਮੁੱਕੀ ਕੀਤੀ ਗਈ ਆ, ਗਾਲੀ ਗਲੋਚ ਕੀਤਾ ਗਿਆ, ਅਤੇ ਫੋਨ ਖੋ ਕੇ ਸਵੇਰ ਦਾ ਇਹਨਾਂ ਨੇ ਆਪਣੇ ਦਫ਼ਤਰ 'ਚ ਰੱਖਿਆ। ਉੱਤੋਂ ਕਹਿੰਦੇ ਤੂੰ ਜਿਹਨੂੰ ਮਰਜ਼ੀ ਸੱਦ ਲਾ, ਜਿਹੜੀਆਂ ਮਰਜ਼ੀ ਕਿਸਾਨ ਜਥੇਬੰਦੀਆਂ ਆ ਜਾਣ, ਇੱਥੇ ਆਪਾਂ ਟੂਲ ਲੈਣਾ ਸਵੇਰ ਦਾ 6 ਵਜੇ ਦਾ ਹਰਾਸਮੈਂਟ ਕਰਨ ਦੇ ਜੀ ਸਾਡੇ ਕਿਸਾਨਾਂ ਨੂੰ। ਹੁਣ ਆਣ ਕੇ ਅਸੀਂ 8 ਵਜੇ ਤੋਂ ਲੈ ਕੇ ਇੱਥੇ ਆਣ ਕੇ ਖਲੋਤੇ ਹਾਂ, ਹੁਣ 10-10:30 ਹੋ ਗਏ ਆ, ਹਾਲੇ ਤੱਕ ਟਰੈਕਟਰ ਸਾਡੇ ਉੱਥੇ ਲੱਗੇ ਆ। ਇਸ ਕਰਕੇ ਹੁਣ ਸਾਨੂੰ ਕਹਿੰਦੇ ਡੀ ਸੀ ਸਾਹਿਬ ਦੇ ਹੁਕਮ ਦੇ ਸਾਨੂੰ ਲਿਖ ਕੇ ਦਿਓ ਕਿ ਡੀ ਸੀ ਸਾਹਿਬ ਨੇ ਕਿਹਾ ਵਾ ਕਿ ਗੱਡੀਆਂ ਜਾਣ ਦਿੱਤੀਆਂ ਜਾਣ ਪਰਾਲੀ। ਡੀ ਸੀ ਸਾਹਿਬ ਦੇ ਦਫ਼ਤਰ ਦੇ ਵਿੱਚੋਂ ਕੋਈ ਵਰਕਰ ਪਹੁੰਚਿਆ ਜਾਂ ਫਿਰ ਡੀ ਸੀ ਸਾਹਿਬ ਖੁਦ ਪਹੁੰਚੇ ਨੇ ਇੱਥੇ? ਨਹੀਂ, ਡੀ ਸੀ ਸਾਹਿਬ ਆਪ ਨਹੀਂ ਪਹੁੰਚੇ, ਉਹਨਾਂ ਦੇ ਇੱਕ ਨੁਮਾਇੰਦੇ ਪਹੁੰਚੇ ਨੇ ਇੱਥੇ ਸਾਡੇ, ਉਹਨਾਂ ਨੇ ਆਣ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਵਿਖਾਇਆ। ਬਲਾਦਾ ਕਿ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਪਿਆ ਵਾ ਬੜੇ ਚਿਰ ਦਾ, ਅਤੇ ਕਹਿੰਦੇ ਡੀ ਸੀ ਸਾਹਿਬ ਅਸੀਂ ਮੰਗ ਕਰਦੇ ਹਾਂ ਡੀ ਸੀ ਸਾਹਿਬ ਆਉਣ ਇੱਥੇ, ਸਾਨੂੰ ਦੱਸਣ ਆਣਗੇ ਕਿ ਡੀ ਸੀ ਇੱਥੇ ਆਵੇ ਸਾਨੂੰ ਲਿਖ ਕੇ ਦੇਵੇ ਵੀ ਹਾਂ ਠੀਕ ਆ। ਹੁਣ ਡੀ ਸੀ ਸਾਹਿਬ ਦਾ ਜਿਹੜਾ ਆਇਆ ਵਾ ਨੁਮਾਇੰਦੇ ਆਏ ਆ, ਉਹਨਾਂ ਨੇ ਦੱਸਿਆ ਕਿ ਜਿਹੜਾ ਨੋਟੀਫਿਕੇਸ਼ਨ ਉਹਨਾਂ ਨੂੰ ਬੜੇ ਚਿਰ ਦਿੱਤਾ ਗਿਆ, ਹੁਣ ਫਿਰ ਨੋਟੀਫਿਕੇਸ਼ਨ ਦਿੱਤਾ ਵਾ। ਕੀ ਗੱਲ ਹੋਈ ਆ ਤੁਹਾਡੇ ਨਾਲ? ਕੱਲ੍ਹ ਸਰ ਸਵੇਰੇ ਮੈਂ 6 ਵਜੇ ਆਉਣ ਦਾ ਪਿਆ ਗੱਠੇ ਲੈ ਕੇ, ਅਤੇ ਇਹਨਾਂ ਟੂਲ ਪਲਾਜ਼ੇ ਮੈਨੂੰ ਦੱਸ ਰਿਹਾ, ਅਤੇ ਕਹਿੰਦੇ ਪਰਚੀ ਕਟਾਊ ਬਾਅਦ ਮੈਂ ਉਹਨਾਂ ਨੂੰ ਪਰਚੀ ਨਹੀਂ ਕਟਾਉਣੀ, ਜਿਹੜੇ ਕਿਸਾਨਾਂ ਨਾਲ ਗੱਲ ਕਰ ਲਓ, ਅਤੇ ਉਹਨਾਂ ਗੱਲ ਕਰਨ ਦੇ ਬਜਾਏ ਮੇਰਾ ਫੋਨ ਰੱਖ ਲਿਆ ਵਾ ਕਿ ਜਿਹਨੂੰ ਮਰਜ਼ੀ ਕਰ। ਹੋਰ ਵੀ ਕੋਈ ਗੱਲਬਾਤ ਹੋਈ? ਹਾਂਜੀ, ਧੱਕਾ ਮੁੱਕੀ ਹੋਈ। ਕੀ ਮੰਗ ਕਰਦੇ ਜੇ? ਮੰਗ ਇਹ ਕਰਦੇ ਸਰ ਕਿ ਸਾਡੀਆਂ ਕਿਸਾਨਾਂ ਦੀਆਂ ਪਰਾਲੀਆਂ ਨਹੀਂ ਜਾਂ